ਮਾਣਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਬਠਿੰਡਾ ਦੇ ਮਾਇਸਰਖਾਨਾ ਵਿਖੇ ਆਯੋਜਿਤ ਸੀਨੀਅਰ ਰਾਸ਼ਟਰੀ ਨੈੱਟਬਾਲ ਮੁਕਾਬਲਿਆਂ ਲਈ ਹੋਏ ਟਰਾਇਲਾਂ ਵਿੱਚ ਪੂਰੀ ਤਰ੍ਹਾਂ ਘਪਲੇਬਾਜ਼ੀ ਕਰਕੇ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀਆਂ ਖੁੱਲ੍ਹ ਕੇ ਧੱਜੀਆਂ ਉਡਾਈਆਂ ਗਈਆਂ ਹਨ। ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਰੋਪ ਲਾਇਆ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਨਿਯੁਕਤ ਓਬਜ਼ਰਵਰ NS ਠਾਕੁਰ ਦੀ ਹਾਜ਼ਰੀ ਵਿੱਚ ਲਏ ਗਏ ਇਹਨਾਂ ਟਰਾਇਲਾਂ ਵਿੱਚ ਮਾਣਯੋਗ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੁਪਹਿਰ 3 to 5 ਤੱਕ ਟਰਾਇਲਾਂ ਦਾ ਸਮਾਂ ਦੇ ਕੇ ਓਬਜ਼ਰਵਰ ਸ਼ਾਮ 4 ਪਹੁੰਚਿਆ। ਉਦੋਂ ਤੱਕ ਬਾਹਰੋਂ ਆਏ ਖਿਡਾਰੀਆਂ ਨੂੰ ਟਰਾਇਲ ਸਥਾਨ ਅੰਦਰ ਹੀ ਨਾ ਜਾਣ ਦਿੱਤਾ ਗਿਆ। ਆਪਣਾ ਭਾਂਡਾ ਭੰਨੇ ਜਾਣ ਦੇ ਡਰ ਤੋਂ ਪ੍ਰੈਸ ਨੂੰ ਵੀ ਟਰਾਇਲ ਸਥਾਨ ਤੋਂ ਭਜਾ ਦਿੱਤਾ ਗਿਆ ਅਤੇ ਖਿਡਾਰੀਆਂ ਨੂੰ ਵੀ ਵੀਡੀਓ ਬਣਾਉਣ ਤੋਂ ਜਬਰੀ ਰੋਕਿਆ ਗਿਆ। ਓਬਜ਼ਰਵਰ ਨੇ ਪੂਰੀ ਤਰ੍ਹਾਂ ਪੱਖਪਾਤ ਕਰਦਿਆਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਬਹੁਤੇ ਖਿਡਾਰੀਆਂ ਦੇ ਟਰਾਇਲ ਲੈਣ ਤੋਂ ਮਨਾ ਹੀ ਕਰ ਦਿੱਤਾ। ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਬੈਨਰ ਹੇਠ 37 ਖਿਡਾਰੀਆਂ ਅਤੇ 23 ਖਿਡਾਰਨਾਂ ਨੇ ਟਰਾਇਲ ਵਿੱਚ ਭਾਗ ਲਿਆ, ਜਿਨ੍ਹਾਂ ਦੀ ਪੂਰੀ ਲਿਸਟ ਐਸੋਸੀਏਸ਼ਨ ਦੇ ਅਹੁਦੇਕਾਰਾਂ ਵੱਲੋਂ ਬਕਾਇਦਾ ਓਬਜ਼ਰਵਰ ਨੂੰ ਸੌਂਪੀ ਗਈ ਸੀ। ਕੀ ਹੈ ਇਹ ਸਾਰਾ ਮਾਮਲਾ, ਉਹ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ। ਅਸੀਂ ਪੰਜਾਬ ਨੈੱਟਬਾਲ ਐਸੋਸੀਏਸ਼ਨ ਵੱਲੋਂ ਇੱਥੇ ਟਰਾਇਲ ਦੇਣ ਆਏ ਹਾਂ। ਸਰ ਦੱਸੋ ਵੀ ਸਾਨੂੰ ਵੀਡੀਓ ਬਣਾਉਣੀ ਚਾਹੀਦੀ ਹੈ। ਦੱਸੋ ਸਰ, ਪਲੀਜ਼ ਬੋਲੋ ਸਰ, ਆਪਣੇ ਓਬਜ਼ਰਵਰ ਸਾਹਿਬ ਕਿੱਥੇ ਨੇ ਜੀ? ਹੈ ਨਹੀਂ ਗਏ। ਅੱਛਾ ਜੀ, ਟਰਾਇਲ ਹੋ ਰਿਹਾ ਇੱਥੇ 36 ਸੀਨੀਅਰ ਨੈਸ਼ਨਲ ਦੇ ਲਈ ਅਤੇ ਇੱਥੇ ਓਬਜ਼ਰਵਰ ਹੈ ਨਹੀਂ ਗਏ ਜੀ। ਆਹ ਦੇਖੋ ਬੱਚੇ ਟਰਾਇਲ ਦੇ ਰਹੇ ਨੇ। ਹਾਂਜੀ ਦੱਸੋ ਸਰ, ਬਣਾਈਏ ਦੱਸੋ ਸਰ, ਬਣਾ ਲਈਏ। ਮੈਂ ਹੁਣ ਹਟ ਵੀ ਗਿਆ ਤਾਂ ਵੀ ਤੈਨੂੰ ਕਦੇ ਨਹੀਂ ਦੇਖਿਆ। ਇਹਨਾਂ ਦਾ ਮਾਸਟਰ ਦਾ ਵੀ 9 ਲਿਆਉਣੇ ਆਪਾਂ ਨੂੰ ਯਾਰ, ਵਿਹਲੇ ਆ, ਕੀ ਕਰਨਾ ਘਰੇ ਜਾ ਕੇ ਤੁਸੀਂ?
ਇਹ ਹੋ ਰਿਹਾ ਜੀ ਦਿੱਲੀ ਆ ਜਿਹੜੇ ਉਧਰੋਂ ਆਏ ਨੇ ਨਹੀਂ ਸਰ ਵਿੱਚੀ ਹੋ ਰਹੇ ਮੁੰਡੇ ਕਿਹਨਾਂ ਦੇ? ਉਹ ਦੂਜੇ ਬੱਚਿਆਂ ਦੇ, ਉਹ ਦੱਸਾਂਗੇ ਤੁਹਾਨੂੰ ਕਿਤੇ ਗੱਲ ਕਰ ਲੈਣ ਨਹੀਂ ਨਹੀਂ ਗੇਟ ਬੰਦ ਸੀਗਾ ਸਰ।
ਨਸ਼ੇ ਕਰਦਾ ਜੀ। ਤੁਹਾਡੇ ਸਾਹਮਣੇ ਤੁਹਾਨੂੰ ਅੱਜ ਕਿਵੇਂ ਲੱਗਿਆ ਜੀ? ਤੁਸੀਂ ਮੁੰਡੇ ਦੇ ਕੁੜੀਆਂ ਜਿਹੜੇ ਤੁਸੀਂ ਉਠਾਏ ਨਸ਼ਾ ਕਰਦਾ ਤੁਸੀਂ ਦੇਖਿਆ ਪਹਿਲਾਂ ਲਗਾਤਾਰ ਜਿੰਨੀਆਂ ਨੈਸ਼ਨਲ ਹੋਈਆਂ ਸਾਰੀਆਂ ਖੇਡਾਂ ਇਹਨਾਂ ਨੂੰ ਅੰਦਰ ਨੀ ਬਣਨ ਦਿੰਦੇ। ਪਰ ਸੱਚਾਈ ਆ ਬੰਦਾ ਬਾਹਰੋਂ ਆਇਆ ਜੀ, ਅਵਲਵੀਰ ਜੀ ਦੱਸੋ ਤੁਹਾਡੀ ਸੱਚਾਈ ਦਾ ਗੱਲਾਂ ਆਪਣੀ ਬੇਟੀ ਬਾਰੇ ਦੱਸਣਗੇ ਤੁਹਾਨੂੰ। ਇਹਨਾਂ ਦੀ ਪੋਲ ਖੋਲੀ ਆ ਜੀ, ਸ਼ਰਾਬ ਪੀਂਦੇ ਸੀ ਬ੍ਰਾਹਮਣ ਹੀ ਹੈ। ਮੈਨੂੰ ਕਹਿੰਦੇ ਵੀ ਅੰਦਰੋਂ ਬਾਹਰ ਜਾ ਵੜਾ, ਇਹਨਾਂ ਦੇ ਘਰ ਦਾ ਪਿਓ ਦਾ ਤਾਂ ਨੀ ਮੰਦਰ ਸਾਡੇ ਪਿੰਡ ਦਾ ਵੀ ਨਾ ਬਾਈ ਕੋਈ ਨਸ਼ਾ ਕਰ ਲਈ ਗੱਲ ਸੁਣ, ਸਾਡੇ ਅਸੀਂ ਜੇ ਸ਼ਰਾਬ ਪੀ ਲਈਏ ਅਸੀਂ ਇਹ ਬਾਉਂਡਰੀ ਚ ਨਹੀਂ, ਬਾਉਂਡਰੀ ਚ ਨਹੀਂ ਆਉਂਦਾ, ਕੋਈ ਨਹੀਂ ਆਉਂਦਾ ਪਿੰਡ ਦਾ। ਕੁਛ ਬੱਚੇ ਇਹੋ ਜਿਹੇ ਨੇ ਜਿਹਨੇ ਟਰਾਇਲ ਨਹੀਂ ਲਏ, 5 ਵਜੇ ਤੱਕ ਦਾ ਟਾਈਮ ਬੱਚੇ ਜਿਹੜੇ ਦੂਰ ਜਾਣ ਵਾਲੇ ਕਿਵੇਂ? ਰਮਨ ਦੀ ਇੱਕ ਮਿੰਟ, ਬਾਬਾ ਜੀ ਰਿਓ ਆ ਇੱਕ ਮਿੰਟ। ਇਹਨਾਂ ਅੰਤਰਰਾਸ਼ਟਰੀ ਪਲੇਅਰ ਨੇ ਜੀ, ਕਾਮਨਵੈਲਥ ਜਿਹੜੀਆਂ ਖੇਡਾਂ ਹੁੰਦੀਆਂ ਨੇ ਇਹਨਾਂ ਦੀ ਉਹ ਖੇਡੇ ਹੋਏ ਨੇਗੇ ਜਿੱਥੇ ਸਾਰੇ ਕੰਟਰੀਆਂ ਦੇ ਖੇਡਣ, ਸਾਰੀਆਂ ਸਾਰੇ ਦੇਸ਼ਾਂ ਦੇ ਖੇਡਦੇ ਆ ਸਾਡਾ। ਕੋਈ ਗੱਲ ਨਹੀਂ ਭਾਈ, ਨਹੀਂ ਥੋੜੀ ਜਿਹੀ ਸੇਟ ਤੋਂ ਦੇਖਣ ਦੋ ਬੱਚਿਆਂ ਦਾ ਜੇ ਮੁੰਡੇ ਹੋ ਜੇ ਕੁੜੀਆਂ ਹੋ ਜੇ ਉਹਨਾਂ ਨੂੰ ਐਡਿਟ ਉੱਚੇ ਕੱਦ ਦੇ ਬੱਚੇ ਕਿਤੇ ਨਹੀਂ ਸੁਣਦੇ। ਇੱਕ ਮਿੰਟ ਜੀ ਹਰਮੀਤ ਦੀਦੀ, ਇੱਕ ਮਿੰਟ ਬਹੁਤ ਜ਼ਿਆਦਾ ਟਾਈਮ ਸੀ ਨਾ, ਹਾਂ ਜੀ ਸਾਰੇ ਇੱਕ ਮਿੰਟ ਹਰਜੀਤ ਦੀਦੀ ਆਏ। ਅਸੀਂ ਅੱਗੇ ਕਹਿ ਰਹੇ ਸੀ ਮਿੱਟੂ ਭਾਈ ਜੋ ਉਹ ਖੇਡਦੇ ਆ ਇਹੋ ਜਿਹੇ ਟਰਾਇਲ ਨਹੀਂ ਕਦੀ ਦੇਖੇ, ਆ ਵੀ ਅੱਜ ਵੇਖ ਲਿਆ ਜੀ ਇਹੋ ਜਿਹੇ ਟਰਾਇਲ ਨਹੀਂ ਦਿੱਤੇ ਆਪਾਂ। ਇਹ ਬਾਸਕਟਬਾਲ ਦੇ ਅੰਤਰਰਾਸ਼ਟਰੀ ਪਲੇਅਰ ਨੇ, ਠੀਕ ਹੈ ਨਾ, ਅੱਜ ਕੱਲ੍ਹ ਇਹ ਸਬ ਇੰਸਪੈਕਟਰ ਨੇ, ਆਹ ਕਾਮਨਵੈਲਥ ਖੇਡੇ ਹੋਏ ਨੇ, ਇਹ ਸਬ ਇੰਸਪੈਕਟਰ ਨੇ, ਉਹ ਸਬ ਇੰਸਪੈਕਟਰ ਨੇ ਜੀ। ਪੁਲਿਸ ਦੇ ਵਿੱਚ? ਪੁਲਿਸ ਦੇ ਵਿੱਚ ਨਹੀਂ ਸਰ, ਤੁਸੀਂ ਦੇਖ ਲਓ ਜੀ ਇਹਨਾਂ ਨਾਲ ਮੁਕਾਬਲਾ ਜੀ। ਅਤੇ ਤੁਹਾਡੇ ਸਾਹਮਣੇ ਅੱਜ ਕੀ ਕੁਛ ਹੋਇਆ ਤੁਹਾਡੇ ਸਾਹਮਣੇ? ਬਸ ਕਹਿੰਦੇ ਦੱਸਾਂਗੇ ਸੌ ਵਾਰ ਲਿਸਟ ਪਾਵਾਂਗੇ, ਮੌਕੇ ਤੇ ਹੁੰਦਾ ਜਿਵੇਂ ਚੋਣ ਹੋ ਜਾਵੇ। ਨਹੀਂ ਸਾਨੂੰ ਤਾਂ ਇਹ ਪਹਿਲਾਂ ਵੀ ਮਾੜਾ ਪਤਾ ਲੱਗਿਆ ਜਦੋਂ ਪਹਿਲਾਂ ਖੇਡਾਂ ਹੋਈਆਂ ਨੇ, ਅਸੀਂ ਜੂਨੀਅਰ ਵਾਲਿਆਂ ਦੀਆਂ, ਉਹਦੇ ਕੋਚ ਨੇ ਇੱਥੇ ਗੱਲ ਕਰੀ ਹਰਿਆਣੇ ਦੀ ਟੀਮ ਜਿੱਤ ਗਈ, ਕੁੜੀਆਂ ਦੀ ਅਤੇ ਮੁੰਡਿਆਂ ਦੀ ਹਾਰ, ਦੋਨੇ ਹਰਿਆਣੇ ਦੀ ਜਿੱਤ ਗਏ ਸੀ। ਉਹ ਕਹਿੰਦੇ ਵੀ ਜੇ ਉਹ ਬਰਨਾਲੇ ਵਾਲੇ ਮੁੰਡੇ ਨਾ ਕੱਢੇ ਹੁੰਦੇ ਕਿਤੇ ਟਰਾਇਲ ਲਏ, ਕੋਈ ਬਰਨਾਲੇ ਦੇ ਮੁੰਡੇ ਕੱਢਦੇ ਕਿਤੇ ਟਰਾਇਲਾਂ 'ਚੋਂ, ਪਹਿਲਾਂ ਇੱਥੇ ਆਏ ਸੀ ਉਹ 10-20 ਦਿਨ ਖੇਡ ਕੇ ਗਏ ਆ, ਫਿਰ ਰੋਜ਼ ਖੇਡਦੇ ਹੁੰਦੇ ਜਿਵੇਂ ਹਰ ਰੋਜ਼ ਤੁਸੀਂ ਬਈ ਕੈਂਪ 'ਚ, ਉਹਦੇ ਟਰਾਇਲ 'ਚ ਕੱਢਦੇ ਕਹਿੰਦੇ ਜੇ ਉਹ ਮੁੰਡੇ ਨਾ ਬਰਨਾਲੇ ਵਾਲੇ ਵਿੱਚ ਹੁੰਦੇ ਵੀ ਆਪਾਂ ਹਾਰਦੇ, ਕੋਚ ਰੋਣ ਹੱਕਾ ਹੋਇਆ ਖੜਾ ਆਪ ਕੋਚ ਜਿਹੜਾ ਸੀ ਇੱਥੇ ਜਦੋਂ ਹਾਰ ਗਈ ਟੀਮ ਬਾਈ, ਕਹਿੰਦਾ ਸਾਡੀ ਪੁੱਤਰੀ ਨਹੀਂ ਸਾਡੀ ਜਿਹੜਾ ਕੁੱਕੜਿਆ ਹੋਣਾ ਸਹੀ ਸੀ ਉਹੀ ਕਹਿੰਦਾ ਹੋਣਾ, ਕੋਈ ਦੂਜਾ ਕਹਿੰਦਾ ਬਿਲਕੁਲ ਪਟਿਆਲੇ ਦਾ, ਪਟਿਆਲੇ ਰਹਿੰਦਾ ਸੀ ਹਰਿਆਣੇ ਦਾ ਸੀਗਾ,
ਦਾਰੂ ਪੀ ਕੇ ਪੀ ਪੀ ਕੇ ਮੰਦਰ ਚ ਰਹਿੰਦੇ ਇਸ ਕਾਰਨ ਹੀ ਸੀ ਇੱਥੋਂ ਮੰਗਦਾ ਰਹੇ ਜੀ ਬੰਦਾ ਦਾ ਰਿਜ਼ਲਟ ਸੀ ਇਹ ਉਹ ਸ਼ਰਾਬ ਪੀ ਕੇ ਨਾ ਰੋਟੀ ਖਾਣ ਗਏ ਜੀ ਢਾਬੇ ਤੇ ਉੱਥੇ ਐਕਸੀਡੈਂਟ ਹੋ ਗਿਆ ਜਾਂਦਿਆਂ ਦਾ ਐਕਸੀਡੈਂਟ ਹੋ ਗਿਆ ਹਾਂ ਹਾਂ ਜਗ ਚੱਕ ਤੂੰ ਮਰ ਜੀ ਕਾਹ ਇਹ ਕਹਿੰਦੇ ਸੇਵਾ ਕਰਦੇ ਤਾਂ ਕਹਿੰਦੇ ਬਚ ਗਿਆ ਭਾਈ ਉਲਟ ਕਹਿੰਦੇ ਸ਼ਰਮ ਨਹੀਂ ਮੰਨਦੇਗੇ 70 ਸੌ ਜੀ